ਲੈ ਵੀ ਕੰਮ ਜਮਾ ਮਤਲਬ ਦੋ ਦੰਦ ਨੀਲੀ ਰਾਵੀ ਬੱਚਿਆਂ ਦਾ ਮੁਕਾਬਲਾ ਦੋ ਦੰਦ ਨੀਲੀ ਰਾਵੀ ਝੋਟਿਆਂ ਦਾ ਮੁਕਾਬਲਾ ਝੋਟਿਆਂ ਦਾ ਤੁਹਾਨੂੰ ਦਿਖਾ ਦਾ ਮੇਰੇ ਇਧਰਲੇ ਪਾਸੇ ਝੋਟੇ ਖੜੇ ਆ ਲਗਾਤਾਰ ਸਾਰੇ ਝੋਟੇ ਲਾਏ ਹੋਏ ਆ ਉਹ ਦੇਖੋ ਤੁਸੀਂ ਜੱਜਮੈਂਟ ਹੋ ਰਹੀ ਆ ਹੁਣ ਜਮਾ ਉਹ ਪਾਲਾ ਜਦੋਂ ਆਪਾਂ ਲਾਸਟ ਤੇ ਮੁਕਾਬਲੇ ਤੇ ਜਾਨਵਰ ਦੱਸੇ ਜਾਣੇ ਆ ਵੀ ਕਿਹੜਾ ਜਿੱਤੂਗਾ ਪਹਿਲਾਂ ਦੰਦ ਦੇਖੇ ਗਏ ਫਿਰ ਉਸ ਤੋਂ ਬਾਅਦ ਕੁਆਲਿਟੀ ਚੈੱਕ ਕੀਤੀ ਗਈ ਉਸ ਤੋਂ ਬਾਅਦ ਫਿਰ ਵੰਡੇ ਜਾਂਦੇ ਆ ਹੌਲੀ 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 ਮਤਲਬ ਇਨਾਮ ਦਿੱਤੇ ਜਾਣਗੇ ਆ ਲਓ ਜੀ ਜੱਜਮੈਂਟ ਪਾਸ ਹੋ ਗਈ ਆ ਪਹਿਲੀ ਜੱਜਮੈਂਟ ਪਾਸ ਹੋ ਗਈ ਆ ਪਹਿਲੀ ਜੱਜਮੈਂਟ ਤੁਹਾਨੂੰ ਮੈਂ ਪਹਿਲੇ ਬੰਦੇ ਕੋਲ ਲੈ ਕੇ ਚੱਲਦਾ ਪਹਿਲੇ ਬੰਦੇ ਕੋਲ ਲੈ ਕੇ ਚੱਲਦਾ ਜਿਨ੍ਹਾਂ ਦਾ ਜਾਨਵਰ ਜਿੱਤਿਆ ਜਿਹਦਾ ਜਾਨਵਰ ਪਹਿਲੇ ਨੰਬਰ ਤੇ ਆਇਆ ਉਹਨਾਂ ਕੋਲ ਲੈ ਕੇ ਚੱਲਦੇ ਆ ਆ ਲਓ ਜੀ ਆ ਗਿਆ ਪਹਿਲੇ ਨੰਬਰ ਤੇ ਆਵੇ ਮੁਬਾਰਕਾਂ ਮੁਬਾਰਕਾਂ ਬਈ ਕਿਹੜੇ ਕਿਹੜੇ ਪਿੰਡ ਤੋਂ ਬਾਈ ਸੁਣਵਾਲੀ ਬਸਤੀ ਲਓ ਜੀ ਯਾਰ ਮੈਨੂੰ ਐ ਸੁਣਵਾਲੀ ਬਸਤੀ ਦਾ ਕੋਈ ਫਾਇਦਾ ਹੈ ਜਾਨੀ ਕੋਈ ਸੇ ਜੱਜ ਨੂੰ ਸੱਦੀਏ ਕਿਸੇ ਨੂੰ ਸੱਦੀਏ ਉਹ ਤੋਂ ਬਣਾਈਏ ਆਪਾਂ ਫੋਨ ਫੋਟੋਗ੍ਰਾਫੀ ਵੀ ਹੋਵੇ ਹਾਂ ਤੁਸੀਂ ਸਟਾਫ ਵਾਲੇ ਨਾਲ ਆਪਾਂ ਤਾਂ ਇਕੱਠ ਕਰਕੇ ਖੜ ਗਏ ਲਓ ਜੀ ਆ ਪਹਿਲੇ ਨੰਬਰ ਤੇ ਆਇਆ ਆ ਜਾਓ ਪਹਿਲੇ ਨੰਬਰ ਤੇ ਆ ਗਿਆ ਆ ਜਾਓ ਇਹ ਤਾਂ ਇਕੱਠ ਬਹੁਤ ਜ਼ਿਆਦਾ ਦੂਜੇ ਤੇ ਦੂਜੇ ਕੋਲ ਚੱਲਦੇ ਆ ਜਾਓ ਦੂਜੇ ਕੋਲ ਚੱਲਦੇ ਆ ਦੂਜੇ ਨੰਬਰ ਤੇ ਆਇਆ ਇਹਨਾਂ ਨੂੰ ਮਿਲਦੇ ਆ ਬੰਦਿਆਂ ਨੂੰ ਆ ਗਿਆ ਬਾਈ ਦੂਜੇ ਨੰਬਰ ਵਾਲਾ ਬਾਈ ਮੁਬਾਰਕਾਂ ਮੱਲੋ ਹੋਰ ਬਾਈ ਕੀ ਹਾਲ ਆ ਵਧਾਈਆਂ ਬਾਈ ਬਹੁਤ ਬਹੁਤ ਬਣਾਵਾ ਹੈ ਹਾਂ ਤੇ ਦੂਜੇ ਤੇ ਆ ਗਿਆ ਇਹ ਕਿਹੜੇ ਦਾ ਇਹ ਬੋਲਟ ਜਿਹੜਾ ਨੱਥੇ ਵਾਲਾ ਜਿਹੜਾ ਨੱਥੇ ਵਾਲੇ ਆ ਨਾ ਬੋਲਟ ਬੋਲਟ ਕੱਟਾ ਸੀਗਾ ਉਹਦਾ ਬੱਚਾ ਆ ਇਹ ਉਹਦਾ ਬੱਚਾ ਇਹ ਫਰੀਦਕੋਟ ਵਾਲਾ ਜਿਹੜਾ ਆ ਹਾਂ ਠੀਕ ਆ ਉਹਦਾ ਬੱਚਾ ਕੋਟਕਪੂਰੇ ਸ਼ਹਿਰ ਦੇ ਕੋਲ ਆ ਨੱਥੇ ਆ ਨੱਥੇ ਵਾਲੇ ਵੀ ਕਈ ਪੈਂਦੇ ਆ ਨਾ ਠੀਕ ਆ ਤੁਹਾਡੇ ਕੋਲ ਇਸ ਵਕਤ ਜਿੱਤ ਗਿਆ ਜੇ ਸਵਾਦ ਆ ਗਿਆ ਜਾਣੀ ਦਾ ਤੁਹਾਡੀ ਮਿਹਨਤ ਦਾ ਜਿਹੜਾ ਫਲ ਆ ਇਹਨੇ ਕਰਮ ਵਾਲੇ ਨੇ ਤੁਹਾਨੂੰ ਵਾਪਸ ਦੇਤਾ ਤੀਜੇ ਨੰਬਰ ਤੇ ਆ ਗਿਆ ਹਾਂਜੀ ਇਹਨੂੰ ਇੰਜ ਕਰਕੇ ਫੋਟੋ ਖਿਚਾ ਲਓ ਕੋਈ ਹਾਂਜੀ ਆ ਜੀ ਆ ਗਿਆ ਜੀ ਤੀਜੇ ਨੰਬਰ ਦਾ ਇਹਨੂੰ ਤੀਜੇ ਨੰਬਰ ਦਾ ਨਾਮ ਮਿਲਿਆ ਬਾਈ ਸਤਿ ਸ੍ਰੀ ਅਕਾਲ ਬਾਈ ਮੁਬਾਰਕਾਂ ਤੈਨੂੰ ਤੇਰਾ ਜਾਨਵਰ ਜਿੱਤਿਆ ਮੇਰੇ ਹਿਸਾਬ ਨਾਲ ਬਹੁਤ ਟਫ ਮੁਕਾਬਲਾ ਸੀਗਾ ਲਾਸਟ ਤੇ ਆ ਕੇ ਮੈਂ ਕਹਿੰਦਾ ਵੀ ਇਹ ਨੰਬਰ ਕਟਾ ਗਿਆ ਲਾਸਟ ਤੇ ਮਾੜੇ ਜੇ ਜਦੋਂ ਇੱਕ ਸਿੰਘ ਮਾਰ ਗਿਆ ਹਨਾ ਗਲਤ ਕਰ ਗਿਆ ਉਹਦੇ ਨੰਬਰ ਕਟਾ ਗਿਆ ਤੇ ਉਹ ਮਾਲਕ ਦੀ ਕਿਰਪਾ ਦਾਤ ਦੀ ਦਿਆ ਬਹੁਤ ਚੰਗਾ ਜਾਨਵਰ ਆ ਤੇਰਾ ਬਹੁਤ ਹੀ ਚੰਗਾ ਬਹੁਤ ਚੰਗਾ ਆਹ ਲੈ ਵੀ ਆਹ ਜਿੱਤਿਆ ਪ੍ਰੀਤ ਤੀਸਰੇ ਨੰਬਰ ਦਾ ਆਹ ਤੀਸਰੇ ਨੰਬਰ ਤੇ ਜਿੱਤਿਆ ਇਹ ਤੁਰਨ ਵੇਲੇ ਥੋੜਾ ਜਿਹਾ ਕਰ ਗਿਆ ਇਹ ਆ ਗਿਆ ਜੀ ਚੌਥੇ ਨੰਬਰ ਤੇ ਆ ਗਿਆ ਆਪਣਾ ਬਸ ਠੀਕ ਹੈ ਕੋਈ ਨਾ ਬਹੁਤ ਤਕੜੇ ਬਾਈ ਲਾਟ ਤੇ ਜਮਾ ਐਨ ਕਨੱਤ ਕਿਹੜਾ ਪਿੰਡ ਭੁੱਲਰ ਡੇਅਰੀ ਫਾਰਮ ਵਾਲਿਆਂ ਦਾ ਵੀ ਜਾਨਵਰ ਆਇਆ ਚੌਥੇ ਨੰਬਰ ਤੇ ਮੁਬਾਰਕਾਂ ਦੇ ਦਿਓ ਇਹਨਾਂ ਨੂੰ ਵੀ ਆ ਗਿਆ ਕਿਉਂਕਿ ਨੀਲੀ ਰਾਵੀ ਨਸਲ ਆ ਨਾ ਜਿਹੜੀ ਉਹ ਤੇ ਕੰਮ ਘੱਟ ਹੋਇਆ ਪਰ ਹੁਣ ਜਿਹੜੇ ਨੌਜਵਾਨ ਮੁੰਡੇ ਆ ਉਹ ਕੰਮ ਕਰ ਰਹੇ ਆ ਆ ਗਿਆ ਜੀ ਪੰਜਵੇਂ ਨੰਬਰ ਤੇ ਆ ਬੱਚਾ ਇਹ ਤਾਂ ਸਿੰਘ ਸੁੰਘ ਦੇਖ ਕਿੰਨਾ ਸੋਹਣਾ ਇਹ ਦੇਖ ਪ੍ਰੀਤ ਸਿੰਘ ਜੀ ਕਿੰਨੀ ਸੋਹਣੀ ਆ ਹੈ ਇਹ ਪੰਜਵੇਂ ਨੰਬਰ ਤੇ ਆ ਗਿਆ ਭਾਈ ਅੱਛਾ ਡਰ ਗਿਆ ਅੱਛਾ ਠੀਕ ਆ ਹਜੇ ਪੰਜਵੇਂ ਵਾਲੀ ਜੱਜਮੈਂਟ ਹੋਣੀ ਆ ਠੀਕ ਆ ਮਤਲਬ ਵੈਸੇ ਤਾਂ ਜੇ ਆਪਾਂ ਕਹਿ ਦਈਏ ਹਰੇਕ ਬੰਦਾ ਜਿਹੜਾ ਮੁਕਾਬਲੇ ਚ ਆ ਜਾਂਦਾ ਸਭ ਜੇਤੂ ਹੀ ਹੁੰਦੇ ਆਪਾਂ ਇਹ ਕਹਿ ਸਕਦੇ ਹਾਂ ਵੀ ਸਭ ਜਿੱਤਦੇ ਹੀ ਆ ਪਰ ਠੀਕ ਆ ਇੱਕ ਜੱਜਾਂ ਦੀ ਇੱਕ ਜੱਜਮੈਂਟ ਹੁੰਦੀ ਹੈ ਇੱਕ ਪਮਾਨਾ ਹੁੰਦਾ ਇੱਕ ਭਾਂਡਾ ਹੁੰਦਾ ਜਿਹ 'ਚ ਪਾ ਕੇ ਵੇਖਣਾ ਹੁੰਦਾ ਜਿਹੜਾ ਜ਼ਿਆਦਾ ਉਹਦੇ ਵਿੱਚ ਆ ਜਾਂਦਾ ਤਾਂ ਆਪਾਂ ਕਹਿ ਸਕਦੇ ਹਾਂ ਵੀ ਉਹਨੂੰ ਜੇਤੂ ਮੰਨ ਲਿਆ ਜਾਂਦਾ ਪਰ ਆਪਾਂ ਇਹ ਕਹਿ ਸਕਦੇ ਵੀ ਮੁਕਾਬਲੇ 'ਚ ਆਉਣ ਵਾਲਾ ਹਰ ਬੰਦਾ ਜੇਤੂ ਹੀ ਹੁੰਦਾ ਜਿਹਨੇ ਸ਼ੌਂਕ ਨਾਲ ਖੁਰਾਕ ਪਾਈ ਹੁੰਦੀ ਆ ਨੀਲੀ ਰਾਵੀ ਨਸਲ 'ਤੇ ਕੰਮ ਕਰਨ ਦੀ ਲੋੜ ਆ ਕਿਉਂਕਿ ਮੋਹਰਾ ਨਸਲ 'ਤੇ ਬਹੁਤ ਕੰਮ ਹੋਇਆ ਗਾਂਜਾ ਚਾਚਫ ਨਸਲ 'ਤੇ ਬਹੁਤ ਕੰਮ ਹੋਇਆ ਜਿਵੇਂ ਹੁਣ ਜਰਸੀ ਨਸਲ 'ਤੇ ਕੰਮ ਹੋ ਰਿਹਾ ਐਵੇਂ ਨੀਲੀ ਰਾਵੀ ਦਾ ਘੱਟ ਮੁਕਾਬਲਾ ਹੁੰਦਾ ਸੀ ਨੀਲੀ ਰਾਵੀ 'ਤੇ ਵੀ ਹੁਣ ਕੰਮ ਹੋਊਗਾ ਆਉਣ ਵਾਲੇ ਦਿਨਾਂ 'ਚ ਨੀਲੀ ਰਾਵੀ ਦੇ ਵਿੱਚ ਵੀ ਚੰਗੇ ਰਿਕਾਰਡ ਦੁੱਧ ਦੇ ਰਿਕਾਰਡ ਆਉਣਗੇ ਚੰਗੇ ਜਾਨਵਰ ਵੀ ਆਉਣਗੇ ਉਮੀਦ ਕਰਦੇ ਹਾਂ ਪੀਡੀਐਫ ਨੇ ਬਹੁਤ ਸੋਹਣਾ ਮਤਲਬ ਇੱਕ ਤਰ੍ਹਾਂ ਨਾਲ ਇਹ ਪਲੇਟਫਾਰਮ ਵੀ ਦਿੱਤਾ ਲੋਕਾਂ ਨੂੰ ਅਤੇ ਦੂਜੀ ਸਭ ਤੋਂ ਵੱਡੀ ਗੱਲ ਇਹ ਵੀ ਆ ਕਿ ਲੋਕ ਇਸ ਗੱਲ ਤੋਂ ਖੁਸ਼ ਆ ਜਿਹਦੇ ਜੱਜਮੈਂਟ ਜਦੋਂ ਪਾਸ ਹੁੰਦੀ ਆ ਸਭ ਤੋਂ ਵੱਡੀ ਗੱਲ ਇਹ ਵੀ ਕੰਤੂ ਪਰੰਤੂ ਤੋਂ ਪਤਾ ਲੱਗਦਾ ਹੁੰਦਾ ਕਿ ਯਾਰ ਕੀ ਗੱਲ ਆ ਇੱਥੇ ਪਾਰਦਰਸ਼ਤਾ ਨਾਲ ਕੰਮ ਕੀਤਾ ਜਾਂਦਾ ਜਿਹੜੇ ਬੰਦੇ ਦਾ ਜਾਨਵਰ ਜਿੱਥੇ ਜਾਂਦਾ ਉਹਨੂੰ ਸਮਝਾਇਆ ਜਾਂਦਾ ਕਿ ਭਾਈ ਇੱਥੇ ਆ ਇੱਥੇ ਖੜਾ ਬਾਕੀ ਬੰਦੇ ਨੂੰ ਆਪ ਨੂੰ ਵੀ ਪਤਾ ਹੁੰਦਾ 1921 ਦੇ ਮੁਕਾਬਲੇ ਨਾਲ ਜਿਹੜੇ ਉਹ ਫਾਸਲੇ ਆ ਜਿਹੜੇ ਉਹ ਆਪਾਂ ਕਹਿੰਦੇ ਇਨਾਮ ਦਿੱਤੇ ਜਾਂਦੇ ਆ
नीली रावी का दो दंद मुकाबला सीगा, दो दंद तक दे कट्टे आ जिहड़े उन्हां चों जिहड़े जेतू आ तुहानूं दिखाते आ। वीडियो किहो जी लगी दस्यो जरूर, नाल दी नाल मैं सज्जणां नूं बेनती करदा कि सज्जणों हजे मुकाबले होर होणे आ, हजे मुकाबले कल नूं वी होणे आ, कल दा दिन तुहाडे कोल हैगा, आ जिओ जी वेखणा, इत्थे बहुत कुछ आ, जिउंदे रहो।